ਕਿ ਬਾਬਾ ਜਗ ਫਾਥਾ ਮਹਾਂਜਾਲ ਮਹਾਂਜਾਲ ਦੇ ਵਿੱਚ ਬੰਨਿਆ ਹੋਇਆ ਹੈ। ਬਚਪਨ ਤੋਂ ਲੈ ਕੇ ਜੀ ਵੱਜਦਾ ਚਲਾ ਜਾਂਦਾ, ਵੱਜਦਾ ਚਲਾ ਜਾਂਦਾ ਮੋਹ ਦੇ ਵਿੱਚ। ਪਹਿਲਾ ਬੰਧਨ ਦੇਖਾ, ਦੂਜਾ ਤ੍ਰੀਆ ਜਾਣ, ਥੋੜ੍ਹਾ ਬੜਾ ਹੋਇਆ, ਦੂਜਾ ਬੰਧਨ ਕਿਹੜਾ ਪੈ ਗਿਆ, ਸ਼ਾਦੀ ਹੋ ਗਈ, ਦੋ ਹੋ ਗਏ, ਉਹਦਾ ਬੰਧਨ ਨਾਲ ਵੱਜ ਗਿਆ। ਤੀਜਾ ਬੰਧਨ ਪੁੱਤ ਵਿਚਾਰੋ, ਚੌਥਾ ਨਾਤੀ ਮਾਣ, ਬੱਚੇ ਪੈਦਾ ਹੋ ਗਏ ਸਾਡੇ, ਹੋਰ ਬੰਧਨ ਵੱਜ ਗਿਆ, ਜੀ ਵੱਜਦਾ ਚਲਾ ਗਿਆ, ਛੁੱਟਣ ਦੀ ਬਜਾਏ ਵੱਜਦਾ ਜਾ ਰਿਹਾ। ਚੌਥਾ ਨਾਤੀ ਮਾਣ, ਰਿਸ਼ਤੇਦਾਰ ਅੱਗੇ ਬਣ ਗਏ, ਅੱਗੇ ਬੱਚਿਆਂ ਦੇ ਅੱਗੇ ਵਿਆਹ ਹੋਏ, ਉਹਨਾਂ ਦੇ ਅੱਗੇ ਉਹਨਾਂ ਦੇ ਬੱਚੇ ਹੋਏ, ਉਹਨਾਂ ਦੀ ਸ਼ਾਦੀਆਂ ਹੋਈ, ਚੌਥਾ ਨਾਤੀ ਮਾਣ। ਨਾਤੀ ਕੇ ਘਰ ਨਾਤੀ ਹੋਈ, ਫਿਰ ਕਹਾਂ ਮਿਲੇ ਠਿਕਾਣ, ਬੱਚਿਆਂ ਦੇ ਪੋਤਰਿਆਂ ਦੋਤਰਿਆਂ ਵਾਲਾ ਹੋ ਗਿਆ, ਬਾਬਾ ਝੋਲਾ ਲੈ ਕੇ ਚਲਿਆ ਹੈ, ਜਾ ਰਿਹਾ ਮਿਲਣ ਵਾਸਤੇ, ਕਿੱਥੇ ਟਿਕਾਣਾ ਆ। ਆਖਰ ਦੁਨੀਆਂ ਵਿੱਚ ਆ ਕੇ ਜੀਵ ਖਪ ਖੁਪ ਕੇ ਇੱਥੋਂ ਤੱਕੇ ਖਾ ਕੇ ਆਖਰ ਦੁਨੀਆਂ ਵਿੱਚ ਚਲਾ ਜਾਂਦਾ ਹੈ। ਸਭ ਕੁਛ ਗੁਰੂ ਸਾਹਿਬਾਨਾਂ ਬਾਣੀਆਂ ਵਿੱਚ ਲਿਖਿਆ ਹੋਇਆ ਹੈ ਕਿ ਬਾਬਾ ਜਗ ਫਾਥਾ ਮਹਾਂਜਾਲ, ਮਹਾਂਜਾਲ ਦੇ ਵਿੱਚ ਸਾਰਿਆਂ ਨੂੰ ਬੰਨ ਕੇ ਰੱਖਿਆ ਹੋਇਆ ਹੈ। ਹਾਂਜੀ, ਗੁਰ ਪ੍ਰਸ਼ਾਦੀ ਸੱਚਾ ਨਾਮ ਸਮਾਨ, ਸਤਿਗੁਰੂ ਬੋਏ ਥਾਂ ਸ਼ਬਦ ਲਗਾਵਣ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਨੇ ਕਿ ਗੁਰ ਪ੍ਰਸ਼ਾਦੀ ਉਭਰੇ ਸੱਚਾ ਨਾਮ ਸੰਭਾਲ। ਕਿਸ ਤਰ੍ਹਾਂ ਨਿਕਲਾਂਗੇ? ਗੁਰੂ ਦੀ ਪ੍ਰਸ਼ਾਦੀ ਕੀ ਹੈ? ਉਹ ਸ਼ਬਦ ਨਾਮ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਹੀ ਗੱਲ ਹੈ। ਗੁਰ ਪ੍ਰਸ਼ਾਦੀ ਉਭਰੇ ਸੱਚਾ ਨਾਮ ਸੰਭਾਲ, ਸਤਿਗੁਰੂ ਹੈ ਬੋਝਥਾ ਸ਼ਬਦ ਲਗਾਵਣ ਹਾਰ। ਆਮ ਅਸੀਂ ਸ਼ਬਦ ਪੜ੍ਹਦੇ ਹਾਂ, ਸਾਡੇ ਸਤਿਗੁਰਾਂ ਨੇ ਜਹਾਜ਼ ਬਣਾਇਆ ਉਹ ਜਿੰਨੇ ਪਾਰ ਲੰਘਣਾ, ਬੜੇ ਪਿਆਰ ਦੇ ਸ਼ਬਦ ਪੜ੍ਹਦੇ ਹਾਂ ਅਸੀਂ। ਉਹ ਸ਼ਬਦ ਦਾ ਜਹਾਜ਼ ਉਹਦੇ ਪਾਸ, ਗੁਰ ਪ੍ਰਸ਼ਾਦੀ ਉਭਰੇ, ਉਹ ਜੀਵ ਨਿਕਲ ਜਾਣਗੇ ਜਿਹੜੇ ਆਪਣੇ ਸਤਿਗੁਰੂ ਦਾ ਪੂਰਾ ਇਤਕਾਦ, ਪੂਰਾ ਵਿਸ਼ਵਾਸ, ਪੂਰਾ ਭਰੋਸਾ ਰੱਖਣਗੇ, ਉਹ ਉੱਭਰਨਗੇ, ਉਹ ਨਿਕਲ ਜਾਣਗੇ ਕਾਲ ਦੇ ਦੇਸ਼ ਚੋਂ। ਗੁਰ ਪ੍ਰਸ਼ਾਦੀ ਉਭਰੇ ਸੱਚਾ ਨਾਮ ਸੰਭਾਲ, ਸੱਚਾ ਨਾਮ ਉਹ ਸ਼ਬਦ ਕਹਿ ਲਓ, ਉਸ ਨੂੰ ਕਲਮਾ ਕਹਿ ਲਓ, ਵਾਂਗੇ ਸਮਾਨੀ ਕਹਿ ਲਓ, ਤੁਰਕੀ ਬਾਣੀ ਕਹਿ ਲਓ, ਵਰਡ ਕਹਿ ਲਓ, ਲੁਗਾਸ ਕਹਿ ਲਓ, ਇੱਕੋ ਹੀ ਗੱਲ ਹੈ। ਗੁਰ ਪ੍ਰਸ਼ਾਦੀ ਉਭਰੇ ਸੱਚਾ ਨਾਮ ਸੰਭਾਲ, ਸਤਿਗੁਰੂ ਹੈ ਬੋਹਥਾ। ਸਤਿਗੁਰੂ ਇੱਕ ਜਹਾਜ਼ ਹੈ, ਸ਼ਬਦ ਦਾ ਜਹਾਜ਼ ਲੈ ਕੇ ਆਉਂਦਾ ਹੈ, ਉਹਦੇ ਵਿੱਚ ਬਿਠਾ ਕੇ ਆਪਣੀਆਂ ਰੂਹਾਂ ਨੂੰ ਦੇਸ਼ ਲੈ ਜਾਂਦਾ ਹੈ। ਜਿਹੜੇ ਜਿਹੜੇ ਜੀਵ ਮੰਨ ਲੈਣਗੇ ਬਕਤ ਦੇ ਉੱਤੇ, ਬਕਤ ਗੁਰੂ ਨੂੰ ਮੰਨ ਲੈਣਗੇ, ਉਹਨਾਂ ਨੂੰ ਬਿਠਾ ਕੇ ਲੈ ਜਾਂਦਾ ਹੈ, ਨਹੀਂ ਤਾਂ ਹੋਕਾ ਦੇ ਕੇ ਚਲੇ ਜਾਂਦੇ ਹੈ। ਜੋ ਸਵਾਮੀ ਜੀ ਮਹਾਰਾਜ ਦੀ ਬਾਣੀ ਵਿੱਚ ਪੜ੍ਹੀ ਸੀ ਕਿ ਸਤਿਗੁਰੂ ਆਏ ਦੀਆ ਜਗ ਹੇਲਾ, ਜਾਗੋ ਰੇ ਮੇਰੇ ਪਿਆਰੇ ਜਾਗੋ, ਸਤਸੰਗ ਸੁਣਾ ਕੇ ਸਾਨੂੰ ਜਗਾਉਂਦੇ ਹੈ, ਸੁੱਤਿਆਂ ਨੂੰ ਜਗਾ ਰਹੇ ਹੈ। ਲੇਕਿਨ ਅਸੀਂ ਕਹਿੰਦੇ ਹਾਂ ਅਸੀਂ ਜਾਗਦੇ ਹਾਂ, ਜੇ ਜਾਗਦੇ ਹੋਈਏ ਤਾਂ ਫਿਰ ਇਹ ਕੰਮ ਨਾ ਕਰੀਏ ਜੋ ਅਸੀਂ ਕਰਮ ਕਰ ਰਹੇ ਹਾਂ, ਅਸੀਂ ਜਾਗਦੇ ਨਹੀਂ, ਸੁੱਤੇ ਹੋਏ ਹਾਂ ਸਾਰੇ। ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਸਤਿਗੁਰੂ ਹੈ ਬੋਝਥਾ ਸ਼ਬਦ ਲਗਾਵਣ ਹਾਰ, ਸ਼ਬਦ ਦੇ ਜਹਾਜ਼ 'ਤੇ ਬਿਠਾ ਕੇ ਆਪਣੇ ਦੇਸ਼ ਲੈ ਜਾਣਗੇ ਉਹ ਜਿਹੜੇ ਜੀਵਨ ਦੇ ਆਖੇ ਲੱਗਣਗੇ। ਨਹੀਂ ਤਾਂ ਕਾਲ ਕਰਤੇ ਨੇ ਬਹੁਤ ਵੱਡਾ ਜਾਲ ਵਿਛਾਇਆ ਹੋਇਆ, ਹਾਏ ਹਾਏ ਹੋ ਰਹੀ ਹੈ, ਹਰ ਜਗ੍ਹਾ ਦੇਖੋ ਅਸੀਂ ਦੁਖੀ ਵੀ ਹੋ ਰਹੇ ਹਾਂ, ਵਾਰ ਵਾਰ ਉੱਥੇ ਹੀ ਜਾ ਰਹੇ ਹਾਂ, ਅਸੀਂ ਦੁਖੀ ਵੀ ਹੋ ਰਹੇ ਹਾਂ। ਇਸ ਵਿਖਿਆ ਵਿੱਚੋਂ ਜਿਤਨਾ ਜਿਤਨਾ ਵੀ ਅਸੀਂ ਇਸ ਨੂੰ ਵਰਤਿਆ ਉਤਨਾ ਉਤਨਾ ਅਸੀਂ ਦੁਖੀ ਹੋਏ ਹਾਂ। ਹਰ ਜੀਵ ਨੂੰ ਦੇਖੋ, ਜਿਹਦੇ ਜ਼ਿਆਦਾ ਬੱਚੇ ਉਹ ਜ਼ਿਆਦਾ ਖਪ ਰਿਹਾ, ਕਿੱਡਾ ਵੱਡਾ ਸਿਰ, ਓਡੀ ਵੱਡੀ ਪੀੜ, ਜਿਤਨਾ ਬੜਾ ਪਰਿਵਾਰ ਹੈ ਉਤਨਾ ਜ਼ਿਆਦਾ ਦੁਖੀ ਆ ਉਹ। ਇਹ ਵਿਖਿਆ ਦੇ ਵਿੱਚ ਫਸ ਕੇ ਅਸੀਂ ਇਹਨਾਂ ਸੰਤ ਮਹਾਂਪੁਰਸ਼ ਸਾਨੂੰ ਆ ਕੇ ਕਢਾਉਂਦੇ ਨੇ, ਕਹਿੰਦੇ ਜਾਗੋ ਭਾਈ ਆਓ ਸਾਡੇ ਆਖੇ ਲੱਗੋ। ਉਹ ਕੀ ਕਹਿੰਦੇ ਆ ਕੇ ਸਾਨੂੰ? ਕਹਿੰਦੇ ਆਓ ਸਾਡੇ ਆਖੇ ਲੱਗੋ, ਅੱਛੇ ਕਰਮ ਕਰੋ, ਸਾਧ ਸੰਗਤ ਦੀ ਸੇਵਾ ਕਰੋ, ਭਜਨ ਸਿਮਰਨ ਕਰੋ, ਆਓ ਤੁਹਾਨੂੰ ਲੈਣ ਵਾਸਤੇ ਆਏ ਹਾਂ। ਉਹ ਜੀਵ ਜਿਹੜੇ ਸਤਿਗੁਰੂ ਦੇ ਜਹਾਜ਼ 'ਤੇ ਬੋਹਥੇ 'ਤੇ ਬੈਠ ਜਾਣਗੇ, ਗੁਰੂ ਕੋਲੋਂ ਟਿਕਟ ਕਟਾ ਲੈ ਸੱਜਣਾ, ਮਿੱਟੀ ਦੇ ਭਾਂਡਿਆ ਅਖੀਰ ਭੱਜਣਾ, ਮਹਿਲ ਚਵਾਰੇ ਤੇਰੇ ਖੜੇ ਰਹਿਣਗੇ, ਮੰਦਾ ਚੰਗਾ ਲੋਕੀ ਤੈਨੂੰ ਪਿੱਛੋਂ ਕਹਿਣਗੇ।
ਜਿਹੜਾ ਬੀਜ ਬੀਜਿਆ ਸੋਈ ਉਹ ਵੱਢਣਾ, ਮਿੱਟੀ ਦਿਆ ਭਾਂਡਿਆ ਅਖੀਰ ਭੱਜਣਾ, ਗੁਰੂ ਕੋਲੋਂ ਟਿਕ ਟਿਕਟਾ ਲੈ ਸੱਜਣਾ। ਬਹੁਤ ਟਿਕਟਾਂ ਵੰਡੀਆਂ ਬਾਬਾ ਜੀ ਨੇ, ਲੇਕਿਨ ਬਿਰਲੇ ਬਿਰਲੇ ਜੀਵ ਜਿਹੜੇ ਮੰਨਣਗੇ ਉਹ ਪਾਰ ਹੋ ਜਾਣਗੇ। ਟਿਕਟ ਦੇ ਕੇ ਗਏ ਹੈ, ਅਸੀਂ ਸ਼ਬਦ ਆਪਣੀ ਮਨਮਤੀ ਦੇ ਨਾਲ ਪੜ੍ਹਦੇ ਹਾਂ, ਕਈ ਸ਼ਬਦ ਪੜ੍ਹਦੇ ਹੈ। ਜਿੰਦਰਾ ਜੰਗਾਲ ਖਾ ਗਿਆ, ਚਾਬੀ ਲੈ ਗਿਆ ਦਿਲਾਂ ਦਾ ਜਨ, ਕੌਣ ਕਹਿੰਦਾ ਇਹ ਗੱਲ? ਚਾਬੀ ਦੇ ਕੇ ਗਏ ਬਾਬਾ ਜੀ ਸਾਨੂੰ ਖੋਲ੍ਹਣ ਵਾਸਤੇ ਜਿੰਦਰਾ, ਅਸੀਂ ਚਾਬੀ ਕਦੀ ਵਰਤੀ ਨਹੀਂ, ਕਦੀ ਖੋਲ੍ਹਿਆ ਨਹੀਂ ਤਾਲਾ ਉਹ, ਕਿਉਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਚਾਬੀ ਉਹ ਨਾਲ ਲੈ ਗਏ ਨੇ? ਦੇ ਕੇ ਗਏ ਸਾਨੂੰ ਚਾਬੀਆਂ, ਦੇ ਕੇ ਗਏ ਸਾਰਿਆਂ ਨੂੰ, ਨਾਮ ਦੀ ਚਾਬੀ ਦੇ ਕੇ ਗਏ ਖੋਲ੍ਹਣ ਵਾਸਤੇ। ਕਿੱਥੇ ਲੈ ਗਏ ਚਾਬੀ? ਉਹ ਸਭ ਕੁਛ ਦੇ ਕੇ ਗਏ। ਸਾਡੇ ਖੋਲ੍ਹਣ ਵਿੱਚ ਕਮੀ ਹੈ, ਕਦੀ ਖੋਲ੍ਹ ਕੇ ਨਹੀਂ ਦੇਖਿਆ ਅਸੀਂ। ਅੱਜ ਅਸੀਂ ਸ਼ਬਦ ਪੜ੍ਹ ਰਹੇ ਹਾਂ, ਜਿੰਦਰਾ ਜੰਗਾਲ ਖਾ ਗਿਆ, ਚਾਬੀ ਲੈ ਗਿਆ ਦਿਲਾਂ ਦਾ ਜਾਨ। ਇਹ ਬਾਹਰ ਦੀਆਂ ਗੱਲਾਂ ਹੋ ਸਕਦੀਆਂ ਨੇ, ਉਹਨਾਂ ਨੇ ਚਾਬੀ ਦਿੱਤੀ ਸਾਨੂੰ ਨਾਮ ਦੀ, ਲੇਕਿਨ ਸਾਡੇ ਖੋਲ੍ਹਣ ਵਿੱਚ ਕਮੀ ਰਹਿ ਗਈ। ਅੱਜ ਉਹਨਾਂ ਨੂੰ ਦੋਸ਼ ਮਤ ਦੇਈਏ, ਅਸੀਂ ਦੇ ਕੇ ਗਏ ਸਾਨੂੰ ਐਸੇ ਸਤਿਗੁਰੂ ਸੰਤ ਜਿਹਨਾਂ ਦਾ ਇਤਕਾਦ ਵਿਸ਼ਵਾਸ ਪੂਰਾ ਹੈ। ਉਹ ਜੀਵ ਚਲੇ ਜਾਣਗੇ ਕਾਲ ਦੇ ਦੇਸ਼ ਚੋਂ ਨਿਕਲ ਕੇ, ਨਹੀਂ ਤਾਂ ਕਾਲ ਨੇ ਤਫਾਈ ਲਾਈ ਹੋਈ ਹੈ। ਅਸਰਾਲ ਵਰਗਾ ਮੂੰਹ ਇਸਦਾ ਸਾਰਿਆਂ ਨੂੰ ਲਪੇਟੀ ਜਾ ਰਿਹਾ, ਵਿੱਚ ਖਾਈ ਜਾ ਰਿਹਾ, ਖਾਈ ਜਾ ਰਿਹਾ, ਮਾਰ ਮਾਰ ਕੇ ਖਾ ਰਿਹਾ। ਦੁਖੀ ਵੀ ਹੋ ਰਹੇ ਸੀ, ਨਿਕਲਣਾ ਵੀ ਚਾਹੁੰਦੇ ਹਾਂ ਲੇਕਿਨ ਨਿਕਲ ਨਹੀਂ ਸਕਦੇ, ਬੜੇ ਬੰਨਿਆ ਹੋਇਆ, ਜਕੜ ਕੇ ਬੰਨਿਆ ਹੋਇਆ ਸੀ, ਹਰ ਬੰਦੇ ਨੂੰ ਬੰਨ ਕੇ ਰੱਖਿਆ ਸਰ, ਮੋਹ ਦੇ ਜਾਲ ਵਿੱਚ ਬੰਨ ਕੇ ਰੱਖਿਆ। ਸਤਸੰਗ ਵਿੱਚ ਅਸੀਂ ਬੈਠੇ ਹਾਂ, ਲੇਕਿਨ ਕੁਛ ਲੋਕ ਐਸੇ ਵੀ ਸਤਸੰਗ ਵਿੱਚ ਆਏ ਹੋਣਗੇ, ਇੱਕ ਪਾਸੇ ਇੱਕ ਕੰਨ ਤਾਂ ਉਹਨਾਂ ਦਾ ਸਤਸੰਗ ਵੱਲ ਹੈ, ਦੂਸਰਾ ਦਿਮਾਗ ਘਰ ਵੱਲ ਜਾ ਰਿਹਾ ਹੈ ਕਿ ਬੱਚੇ ਘਰ ਹੈ, ਪਤਾ ਨਹੀਂ ਰੋਟੀ ਖਾਧੀ ਹੈ ਕਿ ਨਹੀਂ, ਸੁਣ ਸਤਸੰਗ ਰਹੇ ਆ, ਮੋਹ ਹੈ। ਕਿਉਂ ਸਾਡਾ ਧਿਆਨ ਜਾ ਰਿਹਾ ਉੱਧਰ? ਸਾਡਾ ਮੋਹ ਹੈ, ਸਾਡਾ ਕੁਛ ਨਾ ਕੁਛ ਤਾਂ ਹੈ ਉੱਥੇ ਜਿੱਥੇ ਸਾਡਾ ਧਿਆਨ ਜਾ ਰਿਹਾ। ਲੇਕਿਨ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਸਤਿਗੁਰੂ ਹੈ ਬਹੁਤ ਥਾ ਸ਼ਬਦ ਲਗਾਵਣ ਹਾਰ, ਸ਼ਬਦ ਦੇ ਜਹਾਜ਼ 'ਤੇ ਬਿਠਾ ਕੇ ਬਾਬਾ ਜੀ ਨੇ ਲਿਜਾ ਰਹੇ ਰੂਹਾਂ ਨੂੰ। ਅੱਜ ਵੀ ਜੋ ਰੂਹਾਂ ਇਸ ਆਪਣੀ ਅਹੁਦ ਪੂਰੀ ਕਰ ਰਹੀਆਂ ਨੇ, ਇਸ ਮ੍ਰਿਤ ਮੰਡਲ ਵਿੱਚੋਂ ਜਾ ਰਹੀਆਂ ਨੇ ਕਾਲ ਦੇ ਦੇਸ਼ ਵਿੱਚੋਂ, ਮੁਰਦਿਆਂ ਦੇ ਦੇਸ਼ ਵਿੱਚੋਂ, ਅੱਜ ਵੀ ਦੱਸ ਕੇ ਜਾ ਰਹੇ ਨੇ ਕਿ ਬਾਬਾ ਜੀ ਆਏ। ਔਰ ਲੈ ਗਏ ਐਸੇ ਸੰਤ ਸਤਿਗੁਰੂ ਹਮੇਸ਼ਾ ਦੁਨੀਆਂ 'ਤੇ ਜਿਉਂਦਾ ਰਹਿੰਦੇ ਹੈ। ਸ਼ਬਦ ਦੀ ਕਮਾਈ ਵਾਲੇ ਮਹਾਂਪੁਰਸ਼ ਬਿਰਲੇ ਬਿਰਲੇ ਹੋਣਗੇ, ਆਮ ਨਹੀਂ ਹੋਣ। ਬਹੁਤ ਸੰਤ ਨੇ, ਸਭ ਨੂੰ ਮੈਂ ਸਲਾਮ ਕਰਦਾ ਜਿਹੜੇ ਬੰਦਗੀ ਕਰ ਰਹੇ ਨੇ, ਲੇਕਿਨ ਕੋਈ ਕੋਈ ਪਾਣੀ ਭਰਨ ਪਨਿਆਰੀਆਂ ਰੰਗਾ ਰੰਗ ਘੜੇ, ਭਰਿਆ ਉਸਦਾ ਜਾਣੀਏ ਜਿਸਦਾ ਤੋੜ ਚੜ੍ਹੇ, ਰਾਹ ਵਿੱਚ ਹੀ ਘੜੇ ਡੁੱਲ ਜਾਂਦੇ ਆ। ਕੋਈ ਕੋਈ ਘਰ ਲੈ ਕੇ ਜਾਂਦੀ ਹੈ ਪਾਣੀ ਭਰਨ ਪਨਿਆਰੀਆਂ ਰੰਗਾ ਰੰਗ ਘੜੇ, ਪਰ ਭਰਿਆ ਉਸਦਾ ਜਾਣੀਏ ਜਿਸਦਾ ਤੋੜ ਚੜ੍ਹੇ। ਤੋੜ ਚਾੜਨਾ ਅਸੀਂ ਲਾਈ ਜ਼ਿੰਦਗੀ ਮੈਂ ਤੇਰੇ ਨਾਮ ਜਾਰ, ਅੱਗੇ ਮਾਈਆ ਤੂੰ ਜਾਣੇ, ਦੇ ਦਿਓ ਸੌਂਪ ਦਿਓ ਸਭ ਕੁਛ ਉਹਨਾਂ ਨੂੰ ਆਪਣਾ, ਲੈ ਜਾਣਗੇ ਤੁਹਾਨੂੰ। ਜੇ ਆਪਣੇ ਪਾਸ ਕੁਛ ਰੱਖਾਂਗੇ ਫਿਰ ਨਹੀਂ, ਜੋ ਕੁਛ ਹੈ ਸੋ ਤੇਰਾ, ਜਾਂ ਤੂੰ ਮੇਰੇ ਵੱਲ ਹੈ ਤੋ ਕਿਆ ਮਛੰਦਾ, ਜਾਂ ਸਭ ਕੁਛ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵਾਈ ਖਾਏ ਖਰਚ ਰਹੰਦਾ, ਬੈਰੀ ਮਿੱਤਰ ਕੀਤਿਆ ਨਹੀਂ ਮੰਗੇ ਮੰਦਾ। ਉਹਦੇ ਬੈਰੀ ਵੀ ਮਿੱਤਰ ਹੋ ਜਾਂਦੇ ਹੈ, ਕੋਈ ਬੈਰੀ ਨਹੀਂ ਰਹਿੰਦਾ ਸੰਤਾਂ ਦਾ, ਉਹ ਵੀ ਮਿੱਤਰ ਬਣ ਜਾਂਦੇ ਉਹਨਾਂ ਦੇ। ਲਖਮੀ ਤੋਟ ਨਾ ਆਵਾਈ ਖਾਏ ਖਰਚ ਰਹੰਦਾ, ਜਿਹੜਾ ਉਹਨਾਂ ਦੇ ਹੋ ਗਏ ਅੱਜ ਇਸ ਦਰਬਾਰ ਦੇ ਵਿੱਚ, ਉਸ ਦਰਬਾਰ ਦੇ ਵਿੱਚ ਮਾਇਆ ਦੀ ਕੋਈ ਕਮੀ ਨਹੀਂ। ਲਖਮੀ ਤੋਟ ਨਾ ਆਵਾਈ ਖਾਏ ਖਰਚ ਰਹੰਦਾ, ਸੰਗਤਾਂ ਆ ਰਹੀਆਂ ਨੇ, ਇੱਟ ਖੜੱਕਾ ਦੁੱਕੜ ਵੱਜੇ ਤਪਤਾ ਰਹੇ ਚੁੱਲ੍ਹਾ, ਆਵਣ ਲੋਕੀ ਖਾ ਖਾ ਜਾਵਣ ਰਾਜੀ ਹੋਵੇ ਬੁੱਲਾ। ਚੱਲ ਰਹੇ ਉਹਨਾਂ ਦੇ ਦਰਬਾਰ ਦੇ ਵਿੱਚ ਲੰਗਰ,
क्या कोई कमी है? आज सवेर दे कल देसी थी आया, कितना लंगर बन लिया, कोई कमी है? उन्होंने हो गए बाबा जी, उन्होंने दिता असी खा रहे हाँ, पर लक्ष्मी तोट ना भाई खाए खर्च रहंदा, जा सब कुछ तेनू सौंपिया जा तेरा बंदा, सब कुछ अपने आप नू सौंप दिता उन्होंने, उदे हो गए वो जड़े उन्होंने हो गए, मालक उन्होंने हो गया, फिर कोई टोट नहीं। बैरी मित्र कीतिया नहीं मंगे बंदा, जा तू मेरे वल है तो क्या मशंदा, किस चीज की कमी है सानू? जो सतगुरु साढ़े नाल ने उदा प्यार साढ़े नाल है, एक तेरा प्यार जे सानू मिल जावे असी दुनिया तो होर की लैना, ये दुनिया है झूठी, अपनी अखां दे नाल देख लो। बड़े बड़े वादे किए जाते हैं, छड़ देंदे सब कुछ पिछे, धोखा दे जाते, शर्तां दे आधार ते प्यार नहीं चलते, बगैर शर्त तो प्यार निष्काम, प्यार सदा रहेगा। और गुरु साहब जी बड़े प्यार दे नाल फरमा रहे ने कि सतगुरु विच ताकत है, इतनी ताकत है कि बहुत बड़ा जहाज उसने लाया अपनी रूहां नूं ले जाण वास्ते, और शब्द दे जहाज ते बिठा के अपने देश लै जाणगे। गुरु साहब जी बड़े प्यार दे नाल फरमा रहे ने, बड़ा सिस्टमैटिकली ढंग नाल श्री गुरु नानक देव जी महाराज बाणी द्वारा सानूं समझा रहे ने, पहली तुक तो लैके देखो सब कुछ दस्या उन्होंने, कि बहुत बड़ा जाल असराल भी दस्या इसनूं, कि सारे जीव असीं दे मूंह वल नूं जा रहे हैं, बाबा जग फाथा महाजाल, गुर प्रसादी उभरे सच्चा नाम संभाल, सतगुरु है बोहे था शब्द लगावन हार, कि शब्द की कौड़ी ते बिठा के जहाज ते बिठा के अपने देश वो लै जाते हैं, जिहड़े जीव उन्हां दे आखे लगनगे, नाम की कमाई करनगे, अच्छे कर्म करनगे, वह जीव अपने देश चले जाणगे। हाँ जी, तिथे पवन पावे को ना जल ना आकार, तिथे सच्चा सच नाए पव जल तारन हार। गुरु साहब जी बड़े प्यार दे नाल फरमा रहे ने कि इतना बड़ा पव सागर है, तिथे पवन ना पाप को ना जल ना आकार, किस तरह नंगंगे थी, कौन नगाएगा सानू पव सागर, हो तिथे सच्चा सच नाए, उत्थे वो सच्चा नाम सच्चा शब्द ही सानू पार लगा सकता है। ये दुनिया के जीव इत्थे इत्थे ही रहिंदे है, इत्थे रह जाते हैं, साढ़े नाल नहीं जाते, तिथे पवन ना पाप को, वो ऐसा स्थान है। ये संतां महापुरशां नू पता है कि किहड़े रस्ते लुटमार हुंदी है, साढ़े पास कोई समान होवे जो टैक्स वाले बैठे होंगे उसका टैक्स ला लेंगे है, लेकिन संतां महापुरशां नूं पता है कि जिथे हिसाब किताब किहड़े रस्ते हो उन्हां दे रस्ते बखरे है। सज्जा खब्बा छोड़ गुरमुख सीधे जाए, सीधे जाते हो, सज्जा भी छड़ दिंदे है और खब्बा नरक है सज्जा स्वर्ग है, गुरमुख सीधे जाए अपने जीवन नूं रस्ते होर लैके जाते हैं, जिथे लुट मार हुंदी है, जिथे हिसाब लेखा जोखा हुंदा है, उधरों तो नहीं लैके जाते हो। जय मारग लूटी पनिहारी, सो मारग संतन दुरारी, सतगुर पूरे सच किया नाम तेरे की मुक्ति बीती, जम का मार्ग दूर रहा, जम दूतां दा रस्ता होर पासे है, उधरों दे लैके नहीं अपने जीव नूं जांदे हो, वो होर रस्ते लैके जांदे। गुरु साहब जी फरमा रहे ने तिथे पवन ना भाव को ना जल ना आकार, तिथे सच्चा सच नाए पार लगावन हार, उत्थे सच्चा नाम सच्चा शब्द वो साडा सहाई वो साडा साथी होवेगा, और उदे नाल सतगुरु सानू पार लैके जाणगे। देखना साडा विश्वास कितना, साडा विश्वास डोलदा है, कदी असी कहने पूरे है, कदी कहने अधूरे है, कदी कहने नहीं, इस करके असी असमंजस विच पे रहने हैं, कदी असी मान लैने
मन साडे अंदर बैठा है धोखा दे जांदा है, मनन नहीं दिंदा है, विश्वास नहीं आउण दिंदा, कोई ना कोई ये बहाना बना लैंदा है, अपने मनों ये बहाने बना के ते परा हो जांदा जीव। फिर थोड़ा फुरना घट होया, फिर अगे हो गए, फिर अगे हो गए, फिर पिछे चले गए। एक बार जे हो गए तो हो गए, जो होवे सो होवे, जे सिर दे दिता तो दे दिता, सिर देवी पर वफा ना मंगी। जे सिर देना है ते वफा ना मंगी, जा दे दिता ते जिन्हें दिता अज दुनिया ते ना। एक बार बाबा जी ने अपना आप बाबा जी ने सौंप दिता, पिछे नहीं देखिया उन्होंने, इतिहास दसदा है सारा, अखी भी देखिया सब कुछ। संत महापुरुष पहले आए दुनिया दे विच, कोई 200 साल, कोई 400 साल, कोई 500 साल पहले हो गए ने, नमस्कार है, लेकिन उन्होंने असी बंदगी करते नहीं देखिया, अज मनते हैं असी बाबा जी ने अखी देखिया सब कुछ, रूहानू ले जाते देखिया, जो मुंह चो बचन करते सन साड़ी समय तो बाहर सन, लेकिन हुंदा ओहो ही पूरा सी, ओहो ही सच हुंदा सी, चाहे सह सुभा का बचन बोलिया उन्होंने। सुन संतन की सच्ची साखी, जो बोले सो देखे आखी। अखां नाल देख के दसते सन, अंदरों बचन करते सन, असी अन्ने, असी नहीं देखिया, इस करके विश्वास नहीं करते, असी अपने वर्गा ही समझते रहे, साडे वांगू चलते हैं, साडे वांगू खाते पीते, साडे नाल गल्लां बातां करते हैं, लेकिन वह साडे वर्गे बन के ही सानू समझाउण आए ने। सानू कोई हुण कोई पशु तो कोई समझा नहीं सकता, जदों भी कोई आएगा, कोई देह विच आएगा, इंसान नू इंसान ही समझा सकता है, सानू कोई पशु नहीं समझा सकता। तरी दे मनुखी गुर ने, ज्यों त्यों तेरा करे कल्याण। हजूर स्वामी जी महाराज ने लिखा है कि तरी दे मनुख की गुरु ने, ज्यों त्यों तेरा करे कल्याण। आहदे पासों कल्याण करवा लिया अपना, छुट जा, चले जा इस देश के बिचों, कर कर फाइया गड्डिया तेनों देंगे फाहे ला, इतों उड़ जा पोलिया पंछिया लै, अपनी जान बचा। साडा इस मनुष्य जन्म का मनोरथ इको ही है, जित है तो कि सुरत शब्द का अभ्यास करके अपने देश जानता है, नहीं तो काम करके सौंगे, उठ के फिर कमां ते चले गए, खा पी लिया, वह तो पशु भी यही काम करते हैं, वह भी खा पी के सौ जाते हैं, साढ़े तो उन्होंने की फर्क होया। फिर बैल पूर नर विधि रची, लगा दी दाड़ी मूछ, अकल बही हैवान की बिना सींग बिन पूछ। की होया सानू दाड़ी मूछ लग गई, अकल साड़ी हैवाना वाली, काम साडे हैवाना वाले, अकल वही हैवान की बिना सींग बिन पूछ, बिना सींग बिन पूछ, वही तो पशु की रहनी, पशुआं वाले काम साडे, वो भी काम काज करके सौ जाते हैं, असी भी काम काज करके सौंगे, फर्क की होया, बिना सींग बिन पूछ, वही तो पशु की रहनी। पै मैथन आहार, पर निंद्रा सुननी और कहनी, साढ़े खाने पीने माड़े, पै मैथन आहार, आहार कहते खाने नू, पर निंद्रा सुननी और कहनी, निंदा भी करते हैं सुनते भी हाँ, कह गिरदर कवि राय चले ना सूदी गैल, खाल आदमी की लेकर फिरे पहरी है दो बैल। दो पैरों वाला बैल है इंसान, अगर बंदगी नहीं करता तो बैल भी तो पशुओं भी तो साढ़े बिच कोई फर्क नहीं। पै मैथन आहार, पुन निंद्रा सुननी और कहनी, निंदा भी करते हैं सिफत भी करते हैं शोभा भी करते हैं निंदा भी कर रहे हैं, सुनते भी हैं और करते भी हैं। पुन निंद्रा सुननी और कहनी, कहे गिरदर कबीर आए चले ना सूदी गैल। गिरधर महात्मा जी हो लिखते हैं कि कोई इसनों सोझी नहीं है कि मैं कर रहा किधर मैं जा रहा। खाल आदमी की लेकर फिरे पहरी है दो पैर, दो पैरों वाला वो चार पैर ने बैल दे, साढ़े दो ने
ਸਾਡੇ 'ਚ ਔਰ ਪਸ਼ੂਆਂ 'ਚ ਕੋਈ ਫਰਕ ਨਹੀਂ ਅਗਰ ਅਸੀਂ ਬੰਦਗੀ ਨਹੀਂ ਕਰਦੇ ਤੋ। ਹਾਂਜੀ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਵਲਾ ਆਵਾਗੋਣ ਨਿਵਾਰੇ ਜੋਤੀ ਜੋਤ ਮਿਲਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਗੁਰਮੁਖਾਂ ਦੀ ਗੱਲ ਦੱਸ ਰਹੇ ਨੇ, ਗੁਰਮੁਖ ਲੰਘੇ ਸੇ ਪਾਰ ਪਏ, ਕਿਸ ਤਰ੍ਹਾਂ ਲੰਘੇ? ਉਹ ਸ਼ਬਦ ਦੀ ਕਮਾਈ ਕਰਕੇ ਉਹ ਪਾਰ ਲੰਘੇ, ਆਪਣੇ ਦੇਸ਼ ਚਲੇ ਗਏ, ਆਵਾਗਮਨ ਨਿਵਾਰਿਆ, ਉਹਨਾਂ ਦਾ ਆਵਾਗਮਨ ਦਾ ਚੱਕਰ ਖਤਮ ਹੋ ਗਿਆ, ਆਉਣਾ ਜਾਣਾ ਖਤਮ ਹੋ ਗਿਆ, ਸ਼ਬਦ ਦੀ ਕਮਾਈ ਕੀਤੀ ਔਰ ਆਪਣੇ ਦੇਸ਼ ਚਲੇ ਗਏ ਗੁਰਮੁਖ। ਅਸੀਂ ਮਨਮੁਖ, ਮਨਮੁੱਖਾਂ ਦੇ ਕੋਈ ਦੇਸ਼ ਵੱਖਰੇ ਨਹੀਂ, ਇਹੋ ਇਸੇ ਦੇਸ਼ ਵਿੱਚ ਮਨਮੁੱਖ ਰਹਿ ਰਹੇ ਹੈ, ਇਸੇ ਦੁਨੀਆਂ ਵਿੱਚ ਗੁਰਮੁਖ ਰਹਿ ਰਹੇ ਹੈ, ਲੇਕਿਨ ਕੰਮ ਤੋਂ ਪਤਾ ਚੱਲਦਾ ਹੈ, ਕੰਮ ਤੋਂ ਪਤਾ ਚੱਲਦਾ ਹੈ। ਤੋਤੇ ਔਰ ਕਾਗ ਦੀ ਦੋਸਤੀ ਹੋ ਗਈ ਇੱਕ ਵਾਰ, ਮੈਂ ਮਨਮੁੱਖ ਔਰ ਗੁਰਮੁਖ ਦੀ ਗੱਲ ਦੱਸ ਰਿਹਾ ਮਿਸਾਲ ਦੇ ਕੇ। ਤੋਤੇ ਔਰ ਕਾਗ ਦੀ ਦੋਸਤੀ ਹੋ ਗਈ, ਕਾਂ ਨੂੰ ਕਹਿੰਦਾ ਆ ਸਾਡੇ ਤੈਨੂੰ ਮੈਂ ਆਪਣੇ ਬਾਗਾਂ ਦੀ ਸੈਰ ਕਰਾ ਕੇ ਲਿਆਵਾਂ। ਤੋਤਾ ਕਹਿੰਦਾ ਕਾਂ ਨੂੰ, ਹੁਣ ਕਾਂ ਦੀ ਉਹ ਖੁਰਾਕ